ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਹੋਰ ਕੀ ਹਾਲ ਨੇ ਸਭ ਦੇ? ਤੇ ਅੱਜ ਬਾਰਿਸ਼ ਹੋਣ ਡਈ, ਬਾਰਿਸ਼ ਨਾ ਅੰਦਰ ਜ਼ਿਆਦਾ ਗਰਮੀ ਹੋ ਗਈ ਆ, ਬਾਹਰ ਬਾਰਿਸ਼ ਹੋਣ ਡਈ। 3:30 ਵਜੇ ਦੀ ਸਟਾਰਟ ਹੋਈ ਆ ਲੁਧਿਆਣੇ, ਤੇ ਸ਼ਨੀਵਾਰ ਆ ਤੇ ਸ਼ਾਮ ਦਾ ਟਾਈਮ ਆ, ਤੇ ਸੰਦੀਪ ਤਿਆਰੀਆਂ ਕਰਨ ਡਈ ਆ ਪਿੰਡ ਜਾਣ ਦੀਆਂ ਆਪਣੇ। ਇਹਨੇ ਨਾ ਮਨੀ ਪਲਾਂਟ ਲਾਇਆ, ਮੈਂ ਤੁਹਾਨੂੰ ਦੱਸਦੀ ਬੋਤਲ ਵਿੱਚ ਮੇਰਾ ਨਾ ਹੁਣੇ ਧਿਆਨ ਪੈ ਗਿਆ, ਮੈਂ ਤੁਹਾਨੂੰ ਹੀ ਦਿਖਾ ਦਿੰਦੀ ਹਾਂ। ਆ ਜੇ ਆਓ, ਮੰਮੀ ਕਿਤੋਂ ਲੈ ਕੇ ਆਏ ਚੋਰੀ ਕਰਕੇ? ਇਹ ਸੱਚ ਹੁੰਦਾ ਵਾ? ਮੈਂ ਨਹੀਂ ਮੰਨਦੀ ਇਸ ਵਹਿਮ ਭਰਮ ਨੂੰ, ਬਾਕੀ ਪਤਾ ਨਹੀਂ। ਤੇ ਇਹਨੇ ਬੋਟਲ 'ਚ ਲਾ ਲਿਆ, ਕਹਿੰਦੀ ਗਮਲਾ ਲਿਆਉਂਗੀ ਤੇ ਫਿਰ ਲਾ ਲਾਂਗੀ। ਇਹ ਪਾਣੀ 'ਚ ਰੱਖਿਆ ਵਾ ਤੇ ਪਾਣੀ 'ਚ ਵੀ ਬੜਾ ਵਧੀਆ ਹੋ ਗਿਆ ਇਹ ਵਾਲਾ, ਤੇ ਗਮਲਾ ਬਾਅਦ ਵਿੱਚ ਲੈ ਕੇ ਆਏਗੀ। ਸੰਦੀਪ ਗ੍ਰੀਨ ਕਲਰ ਦਾ ਕਹਿੰਦੀ ਹੈ ਨਾ ਗਮਲਾ ਲਿਆਉਣਾ ਉਹਦਾ, ਮਨੀ ਪਲਾਂਟ ਦਾ ਸੋਹਣਾ। ਫਿਰ ਅੰਦਰ ਹੀ ਰੱਖ ਲਈ, ਅੰਦਰ ਹੀ ਰੱਖਿਆ ਹੁੰਦਾ ਵਾ ਤੇ ਵਧੀਆ ਵੀ ਆ ਲਾਉਣਾ ਉੱਦਾਂ ਹੀ। ਤੇ ਇਹ ਕਰਨ ਡਈ ਆ ਰੱਖੜੀ ਦੀਆਂ ਤਿਆਰੀਆਂ, ਕਿਉਂ ਕਿਧਰ ਕੋ ਪੈਸੇ ਨੀ, ਰੱਖੜੀ ਦੀਆਂ ਤਿਆਰੀਆਂ ਕਰਨ ਡਈ ਘਰ ਜਾਣ ਲਈ। ਤੇ ਉਹ ਵੀ ਚਾਅ ਵੱਖਰਾ ਹੀ ਆ ਇਹਦਾ ਵੀ, ਆਪਣੀ ਤਿਆਰੀ ਕਰਦੀ ਆ ਪੇਕੇ ਜਾਣ ਦੀਆਂ। ਅਜੇ ਅੱਜ ਨੀ ਜਾਣਾ, ਅਜੇ ਥੋੜੇ ਦਿਨ ਰੁਕ ਕੇ ਜਾਣਾ ਏ, ਜਾਣਾ ਏ। ਬਾਰਿਸ਼ ਹਟ ਗਈ ਤੈਨੂੰ ਤੇ ਮੈਂ ਵਲੌਗ ਚ ਲਿਆਉਣ ਲਈ ਕਹਿੰਦੀ। ਹਾਂ ਠੀਕ ਆ, ਆ ਬੜੇ ਦਿਨਾਂ ਬਾਅਦ ਪਾਇਆ ਈ ਅੱਜ, ਸੋਹਣਾ ਲੱਗਣ ਡਿਆ ਨਾ। ਆ ਨੀ ਲੱਥੇ ਇਹਦੇ ਬਟਨ ਜੇ ਨਾ ਪਿਆਰੇ ਲੱਗਣ ਡੇ, ਓਦਾਂ ਹੀ ਨੀ ਪਾਉਂਦੀ ਮੇਰੇ ਵਾਂਗੂ, ਕਦੇ ਕਿਤੇ ਕੱਢਦੀ। ਕੋਈ ਗੱਲ ਕਰਨੀ ਹੀ ਤੂੰ ਕਰਦੇ, ਉਹੀ ਗੱਲ ਜਿਹੜੀ ਕਹਿਣਾ ਚਾਹੁੰਦੇ ਅਸੀਂ। ਥੈਂਕ ਯੂ ਵੀ ਕਹਿਣਾ ਅਸੀਂ ਕਿ ਮੇਰੇ ਪਿਛਲੇ ਵਲੌਗ ਨੂੰ ਬੜੇ ਵਧੀਆ ਵਿਊ ਆਏ ਆ, ਤੇ ਇੱਦਾਂ ਹੀ ਮੇਰੇ ਹਰ ਵਲੌਗ ਨੂੰ ਆ ਜਾਇਆ ਕਰਨਾ, ਫਿਰ ਮੈਨੂੰ ਵੀ ਮੋਟੀਵੇਟ ਜਿਹਾ ਮਿਲਦਾ ਵਾ ਕਿ ਮੈਂ ਅੱਗੇ ਹੋਰ ਵੀਡੀਓ ਬਣਾਵਾਂ, ਨਹੀਂ ਤੇ ਮੇਰਾ ਦਿਲ ਨਹੀਂ ਕਰਦਾ ਵਲੌਗ ਬਣਾਉਣ। ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਵੇਖਿਆ, ਅੱਗੇ ਸ਼ੇਅਰ ਕੀਤਾ, ਬਹੁਤ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ ਸਾਰਿਆਂ ਦਾ। ਤੇ ਵਲੌਗ ਬਣਿਆ ਵੀ ਵਧੀਆ ਸੀ, ਫਿਰ ਦਿਲ ਕਰਦਾ ਵਾ। ਆਪਾਂ ਬਣਾਵਾਂਗੇ ਇੱਕ ਸਪੈਸ਼ਲ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਨੀ ਆ, ਉਹ ਬਣਾਵਾਂਗੇ ਆਪਾਂ ਦੋਵੇਂ ਭੈਣਾਂ, ਸ਼ਾਇਦ ਕੱਲ ਹੀ ਕਰੀਏ, ਕੱਲ ਸੰਡੇ ਆ ਹਨਾ। ਮੈਨੂੰ ਨਹੀਂ ਆਉਂਦਾ ਕੁਛ, ਮੈਂ ਖਾਣ ਵਾਲਿਆਂ ਚ ਹੀ, ਮੈਂ ਖਾਉਂਦੀ ਲੱਗੀ। ਆਹੋ ਉਦਾਂ ਮੈਂ ਕਿਹਾ ਕਿ ਚੱਲ ਮੇਰਾ ਸਾਥ ਦੇ ਦੀ ਆ ਕੇ, ਫਿਰ ਮਿਹਨਤ ਕਰਨ ਨੂੰ ਵੀ ਦਿਲ ਕਰਦਾ, ਨਹੀਂ ਤੇ ਕਰਦਾ ਨਹੀਂ ਆ ਵਲੌਗ ਬਣਾਉਣ ਨੂੰ। ਤੇ ਅੱਜ ਗਰਮੀ ਫਿਰ ਹੋ ਗਈ ਆ, ਬਾਰਿਸ਼ ਹੋਈ ਮਾੜੀ ਜਿਹੀ ਫਿਰ ਗਰਮੀ ਹੋ ਗਈ। ਤੇ ਪਿਛਲੇ ਵਲੌਗ ਲਈ ਬਹੁਤ ਬਹੁਤ ਥੈਂਕ ਯੂ ਤੁਹਾਡਾ ਸਾਰਿਆਂ ਦਾ। ਪਲੀਜ਼ ਗੁੱਡ ਮੋਰਨਿੰਗ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਅੱਜ ਆ 12 ਅਗਸਤ ਅਤੇ ਟਾਈਮ ਆ 8:30 ਵਜੇ ਦਾ। ਕੱਲ੍ਹ ਮੈਂ ਸਾਰਾ ਦਿਨ ਵਲੌਗ ਨਹੀਂ ਬਣਾਇਆ, ਜਿਹੜਾ ਇਸ ਤੋਂ ਪਹਿਲਾਂ ਵਾ ਉਹ ਪਰਸੋਂ ਦਾ ਹੀ, ਅਤੇ ਉੱਦਣ ਬਾਰਿਸ਼ ਹੋਣ ਡਈ। ਕੱਲ੍ਹ ਸਾਰਾ ਦਿਨ ਬਾਰਿਸ਼ ਹੁੰਦੀ ਰਹੀ ਸਵੇਰ ਤੋਂ ਲੈ ਕੇ, ਨਹੀਂ ਬਾਰਿਸ਼ ਨਹੀਂ ਹੁੰਦੀ ਰਹੀ, ਸਵੇਰੇ ਜਾਂ 12 ਕੁ ਵਜੇ ਤੱਕ ਹੋਈ ਬਾਰਿਸ਼, ਫਿਰ ਲਾਈਟ ਚਲੇ ਗਈ, ਫਿਰ ਸਾਰਾ ਦਿਨ ਲਾਈਟ ਨਹੀਂ ਆਈ, ਫਿਰ ਮੇਰਾ ਆਪ ਹੀ ਨਹੀਂ ਦਿਲ ਕੀਤਾ ਵਲੌਗ ਬਣਾਉਣ ਨੂੰ, ਅਤੇ ਇੱਦਾਂ ਬੋਰਿੰਗ ਜਿਹਾ ਮੌਸਮ ਰਿਹਾ, ਫਿਰ ਮੈਂ ਸੁੱਤੀ ਰਹੀ ਸਾਰਾ ਦਿਨ ਹੈ, ਅਤੇ ਇੱਦਾਂ ਦਿਨ ਲੰਘ ਗਿਆ ਕੱਲ੍ਹ ਦਾ। ਅਤੇ ਅੱਜ ਮੈਂ ਕਿਹਾ ਚੱਲ ਸਟਾਰਟ ਕਰਦੀ ਹਾਂ ਅੱਜ ਰਸੋਈ ਦੀ, ਮੈਨੂੰ ਬੜੀ ਟੈਨਸ਼ਨ ਸੀ, ਕੱਲ੍ਹ ਵੀ ਮੈਨੂੰ ਬੜੀ ਟੈਨਸ਼ਨ ਸੀ, ਜੇ ਲਾਈਟ ਆਉਣ ਡੀ ਹੁੰਦੀ ਨਾ, ਮੈਂ ਰਸੋਈ ਕੱਲ੍ਹ ਮੀਂਹ ਵਰਦੇ 'ਚ ਸਾਫ਼ ਕਰ ਲੈਣੀ ਸੀ, ਪਰ ਲਾਈਟ ਨਹੀਂ ਸੀ ਆਉਣ ਡੀ, ਫਿਰ ਹਨੇਰੇ 'ਚ ਰਸੋਈ ਸਾਫ਼ ਨਹੀਂ ਹੁੰਦੀ। ਪਹਿਲਾਂ ਹੁਣ ਬਾਥਰੂਮ ਕਲੀਨ ਕਰਾਂ, ਕੱਪੜੇ ਧੋਣੇ ਆ, ਉੱਥੋਂ ਪਏ ਆ ਵਾਲੇ ਕੱਪੜੇ ਫਿਰ ਜਮ੍ਹਾਂ ਹੋ ਜਾਂਦੇ ਆ,
ਇੱਕ ਦੋ ਦਿਨ ਨਾ ਧੋਈਏ ਤੇ, ਪਰ ਹੁਣ ਅੱਗੇ ਤੋਂ ਮੈਂ ਜਮ੍ਹਾਂ ਨਹੀਂ ਹੋਣ ਦੇਣੇ, ਕੱਲ੍ਹ ਬਾਰਿਸ਼ ਕਰਕੇ ਫਿਰ ਜਮ੍ਹਾਂ ਹੋ ਗਏ ਕੱਪੜੇ, ਅਤੇ ਹੁਣ ਕੱਪੜੇ ਧੋਲਾਂ ਫਿਰ ਮੈਂ ਚਾਹ ਬਣਾਉਣੀ ਅੱਜ ਮੋਰਨਿੰਗ ਦੀ, ਅਜੇ ਚਾਹ ਨਹੀਂ ਬਣਾਈ ਕਿਉਂਕਿ ਇਹ ਉੱਠੇ ਨਹੀਂ, ਅਜੇ ਸੁੱਤੇ ਆ, ਉੱਠਣ ਨਹੀਂ ਦੇ, ਅਤੇ ਮੈਂ ਚੱਲ ਉਨ੍ਹਾਂ ਚਿਰ ਕੱਪੜੇ ਧੋ ਲੈਂਦੀ ਮੈਂ 9:30 ਹੁਣ ਮੈਂ ਵਿਹਲੀ ਹੋਈ ਕੱਪੜੇ ਧੋਂਦੇ ਧੋਂਦਿਆਂ, 9:30 ਦਾ ਟਾਈਮ ਹੋ ਗਿਆ, ਅਤੇ ਹੁਣ ਮੈਂ ਬਣਾਈ ਆਪਣੇ ਵਾਸਤੇ ਚਾਹ, ਅਤੇ ਚਾਹ ਪੀਣ ਲੱਗੀ ਹਾਂ, ਔਰ ਸਿਮਰ ਕੰਮ 'ਤੇ ਚੱਲ ਗਏ ਆ, ਉੱਦਾਂ ਉੱਠਣ ਨਹੀਂ ਡੇ, ਹੁਣ ਕੰਮ ਤੋਂ ਫੋਨ ਆਇਆ, ਹੁਣ ਬੜੀ ਛੇਤੀ ਉੱਠ ਕੇ ਚੱਲ ਗਏ। ਚਾਹ ਫਿਰ ਮੈਂ ਇਕੱਲੀ ਇੰਜੋਏ ਕਰਾਂਗੀ ਬਹਿ ਕੇ, ਨਾਲ ਬਿਸਕਿਟ ਖਾਣ ਲੱਗੀ ਹਾਂ, ਉੱਦਾਂ ਮੈਂ ਕੁਛ ਖਾਂਦੀ ਨਹੀਂ ਹੁੰਦੀ ਚਾਹ ਦੇ ਨਾਲ, ਕਿਉਂਕਿ ਅੱਜ ਸਵੇਰੇ ਸਵੇਰੇ ਕੱਪੜੇ ਧੋਤੇ ਆ, ਅਤੇ ਟਾਈਮ ਜ਼ਿਆਦਾ ਹੋ ਗਿਆ, ਇਸ ਕਰਕੇ ਮੈਂ ਚੱਲ ਚਾਹ ਨਾ ਕੁਛ ਖਾ ਲੈਂਦੀ ਹਾਂ, ਫਿਰ ਇਹ ਨਾ ਹੋਏ ਕਿ ਪੇਟ 'ਚ ਜਲਨ ਹੋਣ ਲੱਗ ਪਏ ਖਾਲੀ ਚਾਹ ਪੀ ਕੇ, ਇੱਦਾਂ ਹੁੰਦਾ ਜੇ। ਕਰਨੀ ਤਾਂ ਮੈਂ ਰਸੋਈ ਦੀ ਵੀ ਸਫਾਈ ਸੀ, ਫਿਰ ਮੈਂ ਅੱਜ ਰੂਮ ਦੀ ਹੀ ਸਫਾਈ ਕਰਾਂਗੀ, ਅਤੇ ਕੱਲ੍ਹ ਰਸੋਈ ਦੀ ਸਫਾਈ ਕਰ ਲਵਾਂਗੀ, ਕਿਉਂਕਿ ਅੱਜ ਮੰਮੀ ਨੇ ਵੀ ਆਉਣਾ, ਮੈਂ ਚੱਲ ਵਿਹਲੀ ਹੋ ਜਾਂਦੀ ਛੇਤੀ ਛੇਤੀ। ਮੈਂ ਤੁਹਾਨੂੰ ਦੱਸਣਾ ਸੀ, 4:00 ਮੰਮੀ ਆਏ ਆ, ਅਤੇ ਮੰਮੀ ਸੁੱਤੇ ਆ, ਰੈਸਟ ਕਰਨ ਡੇ, ਥੱਕੇ ਆ ਨਾ, ਘਰੋਂ ਆਏ ਅੱਜ। ਇੱਧਰ ਸੰਦੀਪ ਆਈ ਆ, ਇਹ ਤਾਂ ਆਈ ਕਿਉਂਕਿ ਮੰਮੀ ਆਈ ਆ, ਇਸ ਕਰਕੇ ਇੱਥੇ ਆਈ ਆ। ਉਦਾਂ ਕੱਲ੍ਹ ਇਹਨਾਂ ਦੀ ਕਹਿਣ ਡੀ ਕਿ ਚਲ ਨਹੀਂ ਨਹੀਂ ਲੱਗਦੇ, ਉਹ ਮੈਂ ਮੰਮੀ ਕੱਲ੍ਹ ਕਹਿਣ ਡੀ ਸੂਟ ਸੀਂਦੀ ਹਾਂ ਤੇ ਤਾਂ ਕਰਕੇ, ਆਹੋ ਕਸ਼ਹਿਰੇ ਸੁੱਕਣੇ ਪਾਏ, ਆਹੋ ਕੋਠੇ ਤੇ ਚੱਲੀਆਂ ਸੀ ਕੱਪੜੇ ਲਾਉਣ ਲਈ। ਆ ਜਾ, ਮੈਂ ਫਿਰ ਇਕੱਲੀ ਵੀ ਕੀ ਵਲੌਗ ਬਣਾਵਾਂ, ਤੂੰ ਤਾਂ ਕਹਿਣ ਡੀ ਬੱਦਲ ਹੋਇਆ, ਮੀਂਹ ਆਉਣ ਹੀ ਵਾਲਾ ਸੀ ਵਾਕਈ, ਆਹ ਮੈਂ ਕੱਪੜੇ ਸਵੇਰੇ ਧੋਤੇ ਸੀ, ਹੁਣੀ ਵਾਲਾ ਸੀ, ਮੈਂ ਕੱਪੜੇ ਲਾ ਲਾ, ਜਲੰਧਰ ਵਾਲੇ ਚਾਚਾ ਜੀ ਹੁਣੀ ਵੀ ਆਏ ਸੀ, ਤੇ ਉਹ ਗਏ ਕਿਤੇ ਕੰਮ ਗਏ ਆ, ਸ਼ਾਇਦ ਫੇਰ ਆਉਣ ਇੱਥੇ। ਚਲਾਡਾ ਇਹਦੇ ਅੱਗੇ ਠੰਡੀ ਹਵਾ ਗਰਮ ਗਰਮੈਸ਼। ਮੈਂ ਦੱਸਿਆ ਮੈਂ ਵਲੌਗ ਬਣਾਉਣਾ ਸੀ, ਨਾਲੇ ਪੀਜ਼ਾ ਪੂਜ਼ਾ ਬਣਾਉਣਾ ਸੀ, ਤੇ ਲਾਈਟ ਨਹੀਂ ਆਈ ਸਾਰਾ ਦਿਨ ਬਾਰਿਸ਼ ਕਰਕੇ ਨਾ, ਕੱਪੜੇ ਸੁੱਕ ਗਏ ਸੀ। ਚਲ ਹੁਣ ਮੀਂਹ ਆ ਜਾਏ, ਮੈਂ ਵੀ ਲਾ ਕੇ ਆਈ ਸੀ ਹੁਣੇ ਕੱਪੜੇ ਧੋਤੇ ਸੀ, ਰਾਤੀ ਧੋਤੇ ਸੀ, ਬੈਡਸ਼ੀਟ ਰਹਿੰਦੀ ਮੇਰੀ ਨਵੀਂ ਸੌਣ ਵਾਲੀ, ਉਧਰ ਲੈ ਆਈ ਭਾਜੀ ਵੀ ਆਏ, ਹੁਣ ਦਾ ਜ਼ਮਾਨਾ। ਫਿਰ ਆਏ ਨੀ ਚਾਚੇ ਹੋਣੀ, ਹੈ ਚਾਚੇ ਹੋਣੀ ਆਏ ਨੀ, ਮੈਂ ਵਲੌਗ ਚ ਦੱਸਿਆ ਮੈਂ ਚਾਚਾ ਜੀ ਹੁਣ ਨੀ ਆਉਣਾ ਏ, ਉਹ ਫਿਰ ਚੱਲ ਗਏ ਤੇ ਸਿੱਧਾ ਚੱਲ ਗਏ ਘਰੇ, ਉੱਥੋਂ ਲੇਟ ਹੋ ਗਏ ਹੋਣੇ। ਅੱਛਾ ਅੱਛਾ, ਹੋਰ ਵੀ ਜਾਣਾ ਉਹਨਾਂ ਨੇ ਸ਼ਾਮਾਂ ਨੂੰ। ਇੱਧਰ ਮੰਮੀ ਤੇ ਖਾਣ ਲਈ, ਜੋ ਮੇਰੀ ਸਾਲੀ ਕਹੇਗੀ ਮੈਂ ਉਹ ਲੈ ਕੇ ਆਉਂਗਾ ਖਾਣ ਨੂੰ। ਕੀ ਜੋ ਮੇਰੀ ਮਾਤੇ ਕਹੇਗੀ, ਮਾਤੇ ਤੁਝੇ ਕੁਛ ਨਹੀਂ ਆਤੇ, ਕੀ ਖਾਣਾ ਸੰਦੀਪ? ਸਾਰੇ ਠੀਕ ਹੋ? ਮੈਂ ਵੀ ਠੀਕ ਹਾਂ, ਠੀਕ ਰਹਿਣਾ ਚਾਹੀਦਾ ਬੰਦੇ ਨੂੰ। ਨਾਲੇ ਉਹ ਪਿਛਲੇ ਵਲੌਗ ਨੂੰ ਸਾਡੇ ਵਿਊ ਕਿੰਨੇ ਆਏ, ਸਾਡੇ ਵਲੌਗ ਤੀਆਂ ਵਾਲੇ ਬਹੁਤ ਜ਼ਿਆਦਾ, ਸ਼ਾਬਾਸ਼, ਬਹੁਤ ਜ਼ਿਆਦਾ, ਥੈਂਕ ਯੂ ਕਰੋ ਸਾਰਿਆਂ ਦਾ, ਥੈਂਕ ਯੂ, ਧੰਨਵਾਦ ਵੀਡੀਓ ਦੇਖਣ ਲਈ, ਬਹੁਤ ਬਹੁਤ ਧੰਨਵਾਦ। ਕੀ ਖਾਣਾ ਸੰਦੀਪ?
ਜੋ ਤੇਰਾ ਦਿਲ ਕਰਦਾ ਪੋ ਲੈ ਕੇ ਆਈ। ਕੁਛ ਵੀ ਨੀ ਕੀ ਉਹ ਕਿਥੋਂ ਮਿਲੇਗਾ, ਵੇਲੇ ਹੋ ਗਏ ਆ। ਹੱਕਾ ਨੂਡਲ ਲਿਆਂਦੇ ਹਰੀ ਦੇ, ਇੰਨੇ ਕੁ ਰੱਖੇ ਆ, ਬੜੇ ਸਵਾਦ ਬਣਦੇ ਆ। ਰੋਟੀ ਪਾਣੀ ਖਾ ਲਿਆ ਆਪਾਂ, ਅੱਜ ਆਪਾਂ ਇਹਨਾਂ ਦੇ ਘਰੇ ਰੋਟੀ ਖਾਧੀ ਤੇ ਦਾਣੇ ਵੀ ਭੰਨ ਕੇ ਰੱਖ ਲਏ ਆਪਾਂ। ਦਾਣੇ ਮੰਮੀ ਨੇ ਸਵੇਰੇ ਖਾਣੇ ਨਾਲ ਦੁੱਧ ਗਰਮ ਰੱਖਿਆ, ਇਹ ਨਾਲ ਕਰਨੇ ਮੰਮੀ ਨੇ ਸਵਾਦ ਬੱਚੇ ਗਰਮ ਬੜੇ ਜੇ। ਰੋਟੀ ਰਾਟੀ ਆਪਾਂ ਖਾ ਲਈ, ਅੱਜ ਅਸੀਂ ਬਣਾਈ ਸੀ ਕਾਲੀ ਤੋਰੀਆਂ ਦੀ ਸਬਜ਼ੀ ਨਾਲ ਚੌਲ ਔਰ ਨਾਲ ਰੋਟੀ। ਕਾਲੀ ਤੋਰੀਆਂ ਦੇ ਨਾਲ ਚੌਲ ਬਣਾਏ ਸੀ, ਉਹ ਵੀ ਆਲੂ ਪਾ ਕੇ ਕਿ ਗ੍ਰੇਵੀ ਵਾਲੀ ਸਬਜ਼ੀ ਬਣਾਈ ਸੀ। ਚਲੋ ਤੁਹਾਨੂੰ ਮਿਲਦੇ ਹਾਂ ਸਵੇਰੇ, ਅੱਜ ਦਾ ਵਲੌਗ ਇੱਥੋਂ ਤੱਕ।